ਯਾਰ ਆ ਗੱਡੀ ਵੱਡ ਤੋਂ ਖੁੱਲੀ ਲੱਗ ਰਹੀ ਆ ਵੀਰੇ ਮੈਨੂੰ ਜਿਹੜੀ ਪਿਛਲੀ ਸੈਂਟਾ ਫੇਅਰ ਤੁਸੀਂ ਮੈਨੂੰ ਪੁਰਾਣੀ ਕਾਹਤੇ ਦੇਤੀ ਹੈ ਤੁਸੀਂ ਕਾਲੀ ਕਰ ਗਏ ਜਦੋਂ ਛੋਟੇ ਹੁੰਦੇ ਸੀਗੇ ਜੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਦੋਂ ਬਹੁਤ ਇਹੋ ਜਿਹੀਆਂ ਗੱਲਾਂ ਸੁਣਦੇ ਹੁੰਦੇ ਸੀ ਵੀ ਕੈਨੇਡਾ 'ਚ ਬਹੁਤ ਸਫਾਈ ਆ ਕੈਨੇਡਾ ਦੇ ਲੋਕ ਬਹੁਤ ਇਮਾਨਦਾਰ ਨੇ ਸਾਰਾ ਕੁਛ ਹੈ ਨਾ ਮਤਲਬ ਮਨ ਦੇ ਵਿੱਚ ਇੱਕ ਬਹੁਤ ਵਧੀਆ ਹੁੰਦਾ ਸੀ ਅਤੇ ਜਦੋਂ ਮੈਂ ਆਇਆ ਕੈਨੇਡਾ ਦੇ ਵਿੱਚ 2015 'ਚ ਤਾਂ ਮੈਂ ਉਹ ਚੀਜ਼ਾਂ ਦੇਖੀਆਂ ਵੀ ਲੋਕ ਇੱਕ ਦੂਜੇ ਨੂੰ ਚਾਹੇ ਹੱਸ ਕੇ ਬੁਲਾਉਂਦੇ ਆ ਹੈ ਨਾ ਵਧੀਆ ਹੈ ਨਾ ਧੂੜ ਮਿੱਟੀ ਉਰੇ ਕੁਦਰਤੀ ਉਹ ਨਹੀਂ ਹੁੰਦੀ ਹੈਗੀ ਅਤੇ ਜਦੋਂ ਮੈਂ ਆਇਆ ਨਾ ਮੈਂ ਦੇਖਣਾ ਵੀ ਬੱਚੇ ਦੀ ਜਿੱਦਾਂ ਬਾਸਕਿਟਬਾਲ ਹੋ ਗਈ ਸਾਈਕਲ ਹੋ ਗਏ ਉਹ ਡਰਾਈਵੇ 'ਤੇ ਐਂ ਪਏ ਰਹਿੰਦੇ ਸੀ ਬਹੁਤ ਹੀ ਘੱਟ ਲੋਕ ਚੋਰੀ ਕਰਦੇ ਸੀਗੇ ਉਹ ਟਾਈਮ ਵੀ ਚੋਰੀਆਂ ਹੁੰਦੀਆਂ ਸੀ ਉਹ ਤਾਂ ਹਰੇਕ ਟਾਈਮ ਹੀ ਰਹਿਣੀਆਂ ਨੇ ਅੱਜ ਤੋਂ ਬਾਅਦ ਵੀ ਰਹਿਣੀਆਂ ਹੀ ਨੇ ਅੱਜ ਤੋਂ ਪਹਿਲਾਂ ਵੀ ਸੀਗੀਆਂ ਯੁਗਾ ਯੁਗਾ ਤੋਂ ਚੱਲਦੇ ਆ ਰਹੇ ਨੇ ਚੋਰ ਠੀਕ ਆ ਪਰ ਮੈਨੂੰ ਯਾਦ ਆ ਵੀ ਲਾਈਕ ਮੈਂ ਬਹੁਤ ਵਾਰੀ ਦਰਵਾਜ਼ਾ ਘਰ ਦਾ ਖੁੱਲ੍ਹਾ ਹੀ ਛੱਡ ਜਾਂਦਾ ਸੀਗਾ ਮੇਰੀ ਆਦਤ ਹੁੰਦੀ ਸੀ ਜੇ ਮੈਂ ਬੇਸਮੈਂਟ 'ਚ ਵੀ ਕਿਤੇ ਵੀ ਰਿਹਾ ਤਾਂ ਮੈਂ ਬੇਸਮੈਂਟ ਨੂੰ ਲੌਕ ਨਹੀਂ ਕਰਦਾ ਸੀਗਾ ਕਿਉਂਕਿ ਮੈਂ ਕਿਹਾ ਆਪਣੇ ਕੋਲ ਹੈ ਵੀ ਨਹੀਂ ਇੱਦਾਂ ਜਿਹੜਾ ਕੋਈ ਲੁੱਟ ਕੇ ਲੈ ਜੂਗਾ ਪਲੱਸ ਕਦੇ ਇਹੋ ਜਿਹਾ ਸੁਣਿਆ ਵੀ ਨਹੀਂ ਸੀ ਵੀ ਐਂ ਹੁਣ ਹੋ ਜਾਂਦੇ ਨੇ ਪਰ ਆ ਪਿੱਛੇ ਜੇ ਟਾਈਮ ਬਦਲਿਆ ਜੀ ਪਹਿਲਾਂ ਜਿਹੜੇ ਨੋਨ ਤੋਂ ਨੋਨ ਗਾਹਾਂ ਦੀ ਗਾਹਾਂ ਜਾਣਦੇ ਸੀ ਉਹਨਾਂ ਦੀਆਂ ਗੱਡੀਆਂ ਚੱਕੀਆਂ ਗਈਆਂ ਫਿਰ ਸੁਣਨਾ ਯਾਰ ਉਹਦੀ ਗੱਡੀ ਚੱਕੀ ਗਈ ਫਿਰ ਨਾਲ ਦਿਆਂ ਦੀਆਂ ਗੱਡੀਆਂ ਚੱਕੀਆਂ ਗਈਆਂ ਕਿਸੇ ਦਾ ਪਿੱਕਾ ਚੱਕਿਆ ਗਿਆ ਕਿਸੇ ਦੀ ਜੀਪ ਚੱਕੀ ਗਈ ਫਿਰ ਸੋਚਣਾ ਵੀ ਯਾਰ ਫਰੈਂਡਾਂ ਦੀਆਂ ਅਤੇ ਕੱਲ੍ਹ ਤਾਂ ਹੱਦ ਹੋ ਗਈ ਕੱਲ੍ਹ ਆਪਣੇ ਵਾਲੀ ਗੱਡੀ ਨੂੰ ਹੀ ਹੱਥ ਪਾ ਲਿਆ ਜੀ ਕਿਸੇ ਨੇ ਮੈਂ ਤਾਂ ਸੁੱਤਾ ਪਿਆ ਸੀਗਾ ਉਹ ਟਾਈਮ ਅਤੇ 1 April ਦਾ ਦਿਨ ਆ ਜੀ ਤਵੇਰਕ ਦੀ ਫੁਟੇਜ ਆ ਮੈਂ ਫੁਟੇਜ ਪਾ ਦਿੰਦਾ ਤੁਸੀਂ ਦੇਖ ਲਓ ਕੋਈ ਬੰਦਾ ਆਉਂਦਾ ਅਤੇ ਆਪਣੀ ਗੱਡੀ ਨੂੰ ਆਈ ਬਸ ਰੈਂਡਮਲੀ ਤੁਰਿਆ ਜਾਂਦਾ ਖੋਲ੍ਹ ਕੇ ਚੈੱਕ ਕਰਕੇ ਦੇਖਦਾ ਫਿਰ ਉਹਨੇ ਵੈਸੀ ਟਰਾਈ ਲਾਈ ਹੋਣੀ ਆ ਵੀ ਖੋਲ੍ਹ ਕੇ ਦੇਖ ਲੈਂਦਾ ਜੇ ਖੁੱਲ੍ਹੀ ਪਤਾ ਨਹੀਂ ਆਪਣੀ ਗੱਡੀ ਕਿੰਨਵੀਂ ਗੱਡੀ ਹੋਣੀ ਆ ਜਿਹਨੂੰ ਉਹ ਸਾਰੇ ਰਾਹ 'ਚ ਚੈੱਕ ਕਰਦਾ ਹੋਣਾ ਹੈ ਖੋਲ੍ਹ ਕੇ ਦੇਖ ਲੈਂਦੇ ਆ ਅਤੇ ਖਬਰ ਚੈੱਕ ਕਰਦਾ ਹੋਵੇ ਗੱਡੀ ਦੇ ਵਿੱਚ ਕੀ ਸਿਸਟਮ ਆ ਕੱਲ੍ਹ ਚੋਰੀ ਕਰਾਂਗੇ ਆਪਣੀ ਤਾਂ ਗੱਡੀ ਵੀ ਉਹ ਲਿਸਟ 'ਚ ਨਹੀਂ ਹੈਗੀ ਜਿਵੇਂ ਉਰੇ ਮੋਸਟਲੀ ਚੋਰੀ ਕਰਦੇ ਆ ਮਹਿੰਗੀਆਂ ਗੱਡੀਆਂ ਜੀਪ ਹੈ ਕਿ ਨਾ ਪਿੱਕੇ ਹੋ ਗਏ ਜੀਪ ਮੈਨੂੰ ਲੱਗਦਾ ਮੇ ਵੀ ਸੌਖੀ ਚੋਰੀ ਕਰਨੀ ਇਹ ਚੀਜ਼ਾਂ ਇਹ ਬਹੁਤ ਆਹਲੀਆਂ ਗੱਡੀਆਂ ਚੋਰੀ ਕਰਦੇ ਆ ਰੇਂਜ ਰੋਵਰ ਆ ਹੈ ਨਾ ਅਤੇ ਐਸਕਲੇਡ ਹੋ ਗਈ ਇਹ ਚੋਰੀ ਕਰਦੇ ਆ ਮੋਸਟਲੀ ਹੁਣ ਮਤਲਬ ਮੈਨੂੰ ਲੱਗਦਾ ਉਹਨਾਂ ਨੇ ਸਾਰੀਆਂ ਚੋਰੀ ਕਰ ਲਈਆਂ ਹੁਣ ਉੱਧਰ ਥੱਲੇ ਉਹ SUV ਜਿਹੜੀ ਆਪਣੇ ਵਾਲੀਆਂ ਨੇ ਨੋਰਮਲ SUV ਆ ਉਹਨਾਂ 'ਤੇ ਆ ਚੁੱਕੇ ਨੇ ਅਤੇ ਕੱਲ੍ਹ ਮੈਨੂੰ ਇੱਕ ਦੋ ਕੰਮ ਸੀਗੇ ਮੈਂ ਸੋਚਦਾ ਮੈਂ ਜੇ ਸਵੇਰੇ ਕੋਈ ਮੇਰੀ ਗੱਡੀ ਚੱਕ ਕੇ ਲੈ ਜਾਂਦਾ ਤਾਂ ਮੇਰੇ ਕੰਮ ਕਿਵੇਂ ਹੋਣੇ ਸੀ ਸੋ ਮੈਂ ਫੁਟੇਜ ਪਾਤੀ ਤੁਸੀਂ ਦੇਖ ਲਓ ਕੋਈ ਬੰਦਾ ਆਉਂਦਾ ਮੈਂ ਨਹੀਂ ਜਾਣਦਾ ਇਹਨੂੰ ਆਪਣਾ ਦੇਸੀ ਲੱਗਦਾ ਵੀ ਨਹੀਂ ਹੈਗਾ ਗੋਰਾ ਲੱਗਦਾ ਵਾ ਤੇ ਉਦੋਂ ਬਾਅਦ ਮੈਂ ਫਿਰ ਪੁਲਿਸ ਨੂੰ ਫੋਨ ਕੀਤਾ ਅਪੀਲ ਰੀਜਨ ਨੂੰ ਉਹ ਕਹਿੰਦੇ ਤੁਹਾਨੂੰ ਬੈਕ ਕਾਲ ਕਰਾਂਗੇ ਮੈਂ ਨੋਨ ਐਮਰਜੈਂਸੀ ਨੰਬਰ ਤੇ ਕੀਤਾ ਸੀਗਾ ਫਿਰ ਉਹਨਾਂ ਨੇ ਮੈਨੂੰ ਬੈਕ ਕਾਲ ਕੀਤੀ ਤੇ ਉਹ ਕਹਿੰਦੇ ਵੀ ਤੁਸੀਂ ਆਨਲਾਈਨ ਰਿਪੋਰਟ ਕਰ ਦਿਓ ਸੋ ਆਪਾਂ ਆਨਲਾਈਨ ਰਿਪੋਰਟ ਕਰ ਦੇਣਾ ਵਾ ਉਹਨੇ ਮਤਲਬ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਹੈਗਾ ਤੇ ਮੈਂ ਅੱਜ ਰਾਹ 'ਚ ਜਦੋਂ ਜਾਂਦਾ ਰੋਜ਼ ਐਵਰੀ ਡੇ ਮੈਂ ਦੇਖਦਾ 3-4 ਬੰਦਿਆਂ ਨੂੰ ਟਿਕਟਾਂ ਮਿਲ ਰਹੀਆਂ ਹੁੰਦੀਆਂ ਕੋਈ ਮਾੜੀ ਜਿਹੀ ਲਾਈਟ ਕ੍ਰੋਸ ਕਰ ਗਿਆ ਕੋਈ ਸਪੀਡਿੰਗ ਕ੍ਰੋਸ ਕਰ ਗਿਆ ਤੇ ਸਾਰੀ ਪੁਲਿਸ ਉਹਦੀ ਤਨਾਤ ਆ ਮਤਲਬ ਮੈਨੂੰ ਲੱਗਦਾ ਪਤਾ ਨਹੀਂ ਉਹ ਵੀ ਜ਼ਰੂਰੀ ਆ ਅੱਛਾ ਰੋਡ ਤੇ ਵੀ ਆਪਾਂ ਹੀ ਫਿਰਦੇ ਆ ਆਪਣੀ ਸੇਫਟੀ ਵਾਸਤੇ ਕਰ ਰਹੇ ਨੇ ਉਹ ਮਤਲਬ ਚੋਰਾਂ ਦਾ ਤਾਂ ਹੱਥ ਖੁੱਲ੍ਹਾ ਹੀ ਆ ਸਰੇਕ ਦੀ ਗੱਡੀ ਦੇਖ ਲਓ ਸਿੱਧਾ ਰਾਤ ਨੂੰ ਆਉਣਗੇ ਚੱਕ ਕੇ ਲੈ ਜਾਓ ਪਤਾ ਨਹੀਂ ਹੁਣ ਕੀ ਕਰ ਸਕਦੇ ਆ ਵਿੱਚ ਵਿੱਚ ਇਹੋ ਜਿਹੀਆਂ ਵੀ ਖਬਰਾਂ ਸੁਣਦੇ ਨੇ ਵੀ ਲੋਕ ਆਪਣੀ ਗੱਡੀਆਂ ਆਪ ਹੀ ਚੱਕਵਾ ਦਿੰਦੇ ਆ ਵੀ ਇਨਸ਼ੋਰੈਂਸ ਦੇ ਪੈਸੇ ਮਿਲ ਜਾਣਗੇ ਇਧਰੋਂ ਉਹ ਜੀ ਬਹੁਤ ਸਿਸਟਮ ਚੱਲਦੇ ਆ ਪਿੱਛੇ ਤੁਸੀਂ ਇੱਕ ਖਬਰ ਵੀ ਦੇਖੀ ਹੋਣੀ ਆ ਕਾਫੀ ਵਾਇਰਲ ਹੋਈ ਸੀਗੀ ਮੈਂ ਇਹਨੇ ਧਿਆਨ ਨਾਲ ਨਹੀਂ ਦੇਖੀ ਪਰ ਉਹ 'ਚ ਇਦਾਂ ਸੀਗਾ ਵੀ ਪੁਲਿਸ ਵਾਲਾ ਕਹਿ ਰਿਹਾ ਸੀਗਾ ਪਰ ਲੋਕ ਕਹਿ ਰਹੇ ਸੀਗੇ ਵੀ ਯਾਰ ਅੱਜ ਕੱਲ ਤਾਂ ਜਿਹੜੇ ਚੋਰ ਲੁਟੇਰੇ ਨੇ ਘਰਾਂ ਦੇ ਵਿੱਚ ਘੁਸ ਕੇ ਚੋਰੀ ਕਰਦੇ ਨੇ ਤਾਂ ਪੁਲਿਸ ਵਾਲੇ ਨੇ ਕਿਹਾ ਵੀ ਐਂ ਕਰਿਆ ਕਰੋ ਜਿਹੜੀ ਤੁਸੀਂ ਕਾਰ ਦੀਆਂ ਫੋਬ ਨਹੀਂ ਹੁੰਦੀਆਂ ਕਾਰ ਦੀਆਂ ਚਾਬੀਆਂ ਨੇ ਜਿਹੜੀਆਂ ਪੁਲਿਸ ਵਾਲਾ ਕਹਿੰਦਾ ਵੀ ਤੁਸੀਂ ਘਰ ਦੇ ਬਾਹਰ ਹੀ ਰੱਖ ਦਿਆ ਕਰੋ ਕਹਿੰਦਾ ਗੇਟ ਤੋਂ ਬਾਹਰ ਰੱਖ ਦਿਓ ਕਿਉਂਕਿ ਪੁਲ ਜਿਹੜੇ ਚੋਰ ਨੇ ਜਾਂ ਲੁਟੇਰੇ ਨੇ ਇਹ ਸਿਰਫ ਗੱਡੀ ਚੋਰੀ ਕਰਨ ਆਉਂਦੇ ਆ ਇਸ ਕਰਕੇ ਜਦੋਂ ਉਹਨਾਂ ਨੂੰ ਚਾਬੀ ਨਹੀਂ ਮਿਲਦੀ ਤਾਂ ਤੁਹਾਡਾ ਘਰ ਤੋੜਦੇ ਅੰਦਰ ਆਉਂਦੇ ਆ ਉਹ ਕਹਿੰਦਾ ਵੀ ਤੁਸੀਂ ਚਾਬੀ ਉਹ ਬਾਹਰ ਰੱਖ ਦਿਓ ਤਾਂ ਕਿ ਚੋਰਾਂ ਨੂੰ ਅੰਦਰ ਘਰ ਦੇ ਵਿੱਚ ਐਂਟਰੀ ਕਰਨੀ ਨਾ ਪਵੇ ਤੇ ਤੁਸੀਂ ਸੇਫ ਰਹੋ ਸੋ ਇਹ ਉਰੇ ਦੀ ਮਤਲਬ ਇੱਕ ਆਰਗੇਨਾਈਜੇਸ਼ਨ ਪੁਲਿਸ ਜਿਹਦੇ ਉੱਤੇ ਆਪਾਂ ਨੂੰ ਸਭ ਤੋਂ ਵੱਧ ਭਰੋਸਾ ਉਹਨਾਂ ਦੀ ਇਹ ਸਲਾਹ ਵੀ ਚੋਰੀ ਹੋਣੋਂ ਨਹੀਂ ਰੁਕ ਸਕਦੀ ਤੁਸੀਂ ਐਂ ਕਰ ਲਓ ਇਦਾਂ ਬਾਅਦ ਗੋਰਿਆਂ ਨੇ ਇਹਦੇ ਉੱਤੇ ਬਹੁਤ ਫਨੀ ਵੀਡੀਓ ਬਣਾਈਆਂ ਆਪਣਿਆਂ ਨੇ ਵੀ ਤੇ ਫਿਰ ਕਈਆਂ ਨੇ ਵੀ ਵੀਡੀਓ ਪਾਈ ਵੈਸੇ ਚਾਬੀ ਕਾਹਨੂੰ ਬਾਹਰ ਰੱਖਣੀ ਹੈ ਤੁਸੀਂ ਸਾਨੂੰ ਐਂ ਦੱਸ ਦਿਓ ਚੋਰ ਵੀ ਈਮੇਲ ਕਰਦਾ ਕਰੋ ਵੀ ਅਸੀਂ ਉਰੇ ਰਹਿੰਦੇ ਹਾਂ ਅਤੇ ਅਸੀਂ ਆਪਣੀ ਗੱਡੀ ਡਰਾਈਵ ਕਰਕੇ ਤੁਹਾਡੀ ਜਗ੍ਹਾ ਤੇ ਛੱਡ ਜਾਵਾਂਗੇ ਸੋ ਗੱਲ ਮੁੱਕਦੀ ਇਹ ਆ ਵੀ ਹੁਣ ਤੁਸੀਂ ਆਪਣੀ ਸੇਫਟੀ ਆਪ ਰੱਖੋ ਸੱਚੀਆਂ ਜਿੱਥੇ ਮੈਂ ਰਹਿਣਾ ਆਪਾਂ ਬ੍ਰੈਂਪਟਨ 'ਚ ਰਹਿੰਦੇ ਹਾਂ ਪਹਿਲਾਂ ਵਾਲਾ ਨਹੀਂ ਰਿਹਾ ਮੈਂ ਰੋਜ਼ ਰੋਡ 'ਤੇ ਜਾਂਦਾ ਰੋਜ਼ ਮੈਨੂੰ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਗਲਤੀ ਡਰਾਈਵ ਕਰਦੇ ਮੇਰੇ ਤੋਂ ਵੀ ਹੁੰਦੇ ਆ ਪਰ ਸਾਰਿਆਂ ਦੇ ਫੋਨ ਹੱਥ 'ਚ ਨੇ ਇੰਨੀਆਂ ਜ਼ਿਆਦਾ ਗਲਤੀਆਂ ਦੇਖਣ ਨੂੰ ਮਿਲਦੀਆਂ ਨੇ ਆਪਾਂ ਵੀਡੀਓਜ਼ ਦੇਖਦੇ ਆ ਲੋਕ ਪੁੱਠੀ ਰੋਡ ਤੋਂ ਦੂਜੇ ਪਾਸੇ ਨੂੰ ਪਈ ਹੋਈ ਆ ਗੱਡੀ ਹੈ ਨਾ ਗਲਤੀ ਨਾ ਪੈ ਵੀ ਜਾਂਦੀ ਹੈ ਪਰ ਗਲਤੀਆਂ ਦੀ ਬਹੁਤ ਆਦ ਬਹੁਤ ਵੱਧ ਚੁੱਕੀ ਆ ਸ਼ਾਇਦ ਬੰਦੇ ਹੀ ਬਹੁਤ ਵੱਧ ਚੁੱਕੇ ਆ ਇੰਨੇ ਸਿਟੀ ਵਾਸਤੇ ਸੀਗੇ ਨਹੀਂ ਜਿੰਨੇ ਵਾਰੇ ਆ ਚੁੱਕੇ ਆ ਆਪਾਂ ਜਿਵੇਂ ਆਪਾਂ ਪਹਿਲਾਂ ਗੱਡੀ ਐਵੇਂ ਡਰਾਈਵੇ ਤੇ ਛੱਡ ਦਿੰਦੇ ਸੀ ਮੈਨੂੰ ਯਾਦ ਆ ਭੂਆ ਉਹਨਾਂ ਦੀ ਕਰੋਲਾ ਹੁੰਦੀ ਸੀ ਉਹਦੀ ਕਈ ਵਾਰ ਵਿੰਡੋ ਖੁੱਲ੍ਹੀ ਹੁੰਦੀ ਸੀਗੀ ਯਾਰ ਕੋਈ ਚੱਕਰ ਨਹੀਂ ਸੀ ਕੋਈ ਇੰਨੀਆਂ ਚੋਰੀਆਂ ਨਹੀਂ ਹੁੰਦੀਆਂ ਸੀਗੀਆਂ ਹੁਣ ਭਾਈ ਆਪਣੀ ਗੱਡੀ ਲੌਕ ਕਰਕੇ ਜਾਇਆ ਕਰੋ ਐਂ ਨਾ ਬਾਹਰ ਗਰਮ ਕਰਨੀ ਲਾਤੀ ਅਨਲੌਕ ਕਰਤੀ ਨਹੀਂ ਆ
ਇਦਾਂ ਦਾ ਫਰੰਟ ਆ ਜੀ ਇਹਦਾ ਤੁਸੀਂ ਦੇਖ ਸਕਦੇ ਹੋ ਆਪਾਂ ਹੁੰਡਾਈ ਰੈਕਸਡੇਲ ਖੜੇ ਹਾਂ ਮੇਰੀ ਗੱਡੀ ਸਰਵਿਸ ਕਰਾਉਣ ਦਿੱਤੀ ਹੋਈ ਆਪਾਂ ਅਤੇ ਇੱਦਾਂ ਦੀ ਸਾਈਡ ਆ ਮੈਨੂੰ ਫਰੰਟ ਤੋਂ ਵੀ ਬਹੁਤ ਵਧੀਆ ਲੱਗੀ ਸਾਈਡ ਤੋਂ ਵੀ ਬਹੁਤ ਸੋਹਣੀ ਲੱਗੀ ਲੋਕ ਥੋੜ੍ਹੀ ਸ਼ਿਕਾਇਤ ਕਰ ਰਹੇ ਕਹਿੰਦੇ ਬੈਕ ਤੋਂ ਇੰਨੀ ਜ਼ਿਆਦਾ ਘੈਂਟ ਨਹੀਂ ਹੈਗੀ ਸੋ ਪਹਿਲੀ ਵਾਰੀ ਆਪਾਂ ਨਵੀਂ ਸੈਂਟਾਫੇ ਦੇ ਵਿੱਚ ਬੈਠੇ ਹਾਂ ਅਤੇ ਆਪਣੇ ਨਾਲ ਬਾਈ ਹੈਗਾ ਵਾ ਗਰਨੂਰ ਅਤੇ ਫੋਨ ਚੱਕਣਾ ਤੇ ਬਾਈ ਖੰਨੇ ਤੋਂ ਆ ਤਾਂ ਸਾਡੀ ਦੋਸਤੀ ਪੈ ਗਈ ਸੀਗੀ ਬਾਈ ਦਾ ਰੀਅਲ ਬ੍ਰਦਰ ਵੀ ਉਹੀ ਕੰਮ ਕਰਦਾ ਬਾਕੀ ਮੈਂ ਆਹ ਹੁੰਡਾਈ ਰੈਕਸਡੇਲ ਸਾਰਿਆਂ ਨੂੰ ਜਾਣਦਾ ਹੀ ਹਾਂ ਐਸ਼ ਪਨੀਤ ਤੋਂ ਲੈ ਕੇ ਜਗਮੀਤ ਤੁਹਾਡੇ ਉਹ ਨੇ ਬਾਕੀ ਸਾਰਿਆਂ ਨੂੰ ਮਿਲ ਕੇ ਜਾਂਦਾ ਹੁੰਦਾ ਮੈਂ ਇੱਕ ਮੁੰਡਾ ਕਸ਼ਿਸ਼ ਹੋ ਇੰਡੀਆ ਗਿਆ ਹੋਇਆ ਹੁਣ ਪਰ ਗਾਣੇ ਘੱਟ ਕਰ ਲਏ ਤੁਸੀਂ ਕਾਪੀ ਰਾਈਟ ਪਵਾ ਦੇਣਾ ਅਤੇ ਯਾਰ ਆਹ ਗੱਡੀ ਵੱਧ ਖੁੱਲ੍ਹੀ ਲੱਗ ਰਹੀ ਆ ਵੀਰੇ ਮੈਨੂੰ ਜਿਹੜੀ ਪਿਛਲੀ ਸੈਂਟਾ ਫੇ ਆ ਤੁਸੀਂ ਮੈਨੂੰ ਪੁਰਾਣੀ ਕਾਹਤੇ ਦੇ ਤੀ ਹੈ ਬਾਬੂ ਜੀ ਕਾਲੀ ਕਰ ਗਏ ਹੋ ਗਿਆ ਆਲਮੋਸਟ ਸਾਲ ਡੇਢ ਸਾਲ ਹੋ ਗਿਆ ਆਪਾਂ ਨੂੰ ਤੇ ਹੁਣ ਇਹਦੇ ਵਿੱਚ 7 ਸੀਟਰ ਆਪਸ਼ਨ ਆਪਣੇ ਕੋਲ ਸੋ 2 ਸੀਟਾਂ ਵੀ ਵਧਾਤੀ ਆ ਸਹੀ ਗੱਲ ਦੋਸ ਵੱਧ ਗਏ ਤੇ ਸਰਕਲ ਵੱਧ ਗਿਆ ਵੱਡੀ ਗੱਡੀ ਚੱਕਰ 7 ਸੀਟਾਂ ਦੇ ਵਿੱਚ ਇੰਨੀ ਸੋਹਣੀ ਲਗਜ਼ਰੀ ਗੱਡੀ ਆ ਪ੍ਰਾਈਸ ਰੇਂਜ ਤੇ ਨਹੀਂ ਆਉਂਦੀ ਬਿਲਕੁਲ ਤੇ ਇਹਦੇ ਵਿੱਚ ਜਿਵੇਂ ਆਪਣੇ ਵਾਲੀ ਗੱਡੀ ਦੇ ਵਿੱਚ ਪੈਨਾਰੋਮਿਕ ਸਨਰੂਫ ਸੀਗੀ ਇਹਦੇ ਵਿੱਚ ਆ 2 ਆ ਗਈ ਹੈ ਨਾ ਹਾਂਜੀ ਇੱਕ ਆ ਮੋਰੀ ਆ ਗਈ ਇੱਕ ਪਿੱਛੇ ਆ ਗਈ ਬਿਲਕੁਲ ਜੀ ਤੇ ਇੰਟੀਰੀਅਰ ਤੁਸੀਂ ਚੈੱਕ ਕਰ ਲਓ ਵੀਰੇ ਕਿਹੜਾ ਮਾਡਲ ਆ ਇਹ ਵੀਰ ਜੀ ਹੈਗਾ ਆਪਣਾ ਲਗਜ਼ਰੀ ਮਾਡਲ ਓਕੇ ਇਹ ਚ ਆਪਾਂ ਨੇ ਕੋਲ 7 ਸੀਟਰ ਆਪਸ਼ਨ ਆ ਦੇਖੋ ਤੁਸੀਂ ਸਾਰਿਆਂ ਚ ਹਾਂ ਬਲਾਈਂਡ ਸਪੌਟ ਆ ਜਾਂਦਾ ਸਿੱਧਾ ਉਹਦੇ ਵਿੱਚ ਹੀ ਦਿਖਦਾ ਵਾ ਬੜੀ ਵੱਡੀ ਡਿਸਪਲੇ ਆ ਤੁਹਾਨੂੰ ਫੋਨ ਪ੍ਰੋਜੈਕਸ਼ਨ ਦੀ ਸਹੀ ਗੱਲ ਆ ਆਪਾਂ ਇੱਥੇ ਵੇਖ ਸਕਦੇ ਹਾਂ ਤੇ ਇੱਕ ਆ ਚੀਜ਼ ਮੈਨੂੰ ਘੈਂਟ ਲੱਗੀ ਆ ਵੀ ਸਾਰੇ ਟੱਚ ਵਾਲਾ ਹੀ ਕੰਮ ਆ ਟੱਚ ਪੈਨਲ ਹੀ ਆ ਤੇ ਇਧਰ ਆ ਗਲਵ ਕੰਪਾਰਟਮੈਂਟ ਦੇਖੋ ਇੱਕ ਆ ਗਿਆ ਆ ਮੈਂ ਪਹਿਲੀ ਵਾਰੀ ਦੇਖਿਆ ਗੱਡੀ ਦੇ ਵਿੱਚ ਤੇ ਇਹ ਮਾਡਲ ਦੇ ਵਿੱਚ ਤਾਂ ਇਹ ਸੈਨੀਟਾਈਜੇਸ਼ਨ ਵਾਲਾ ਨਹੀਂ ਹੈਗਾ ਸ਼ਾਇਦ ਪਰ ਬਾਕੀ ਉਰੇ ਜਿੱਦਾਂ ਯੂਵੀ ਰੇਜ਼ ਨਾਲ ਕੁਝ ਵੀ ਆਪਾਂ ਫੋਨ ਰੱਖਣਾ ਇਹ ਸੈਨੀਟਾਈਜ਼ ਕਰਨੀ ਆਪਾਂ ਕੋਈ ਚੀਜ਼ ਇਹਨੂੰ ਬੰਦ ਕਰ ਦੇਣਾ ਇਹ ਤਾਂ ਘੈਂਟ ਆ ਵੀਰੇ ਯਾਰ ਗੱਡੀ ਸੋਹਣੀ ਆ ਇਹਦੇ ਉੱਪਰਲੇ ਮਾਡਲ ਕਿਹੜੇ ਆ ਇਸ ਤੋਂ ਉੱਪਰ ਆਂਦਾ ਅਲਟੀਮੇਟ ਕੈਲੀਗ੍ਰਾਫੀ ਓਕੇ ਹਾਂਜੀ ਉਸ 'ਚ ਤੁਹਾਡੇ ਕੋਲ ਗੱਡੀ ਨੂੰ ਅੱਗੇ ਪਿੱਛੇ ਕਰਨ ਦਾ ਵੀ ਆਪਸ਼ਨ ਹੁੰਦਾ ਰਿਮੋਟ ਨਾਲ ਹੀ ਪਾਰਕਿੰਗ ਅਸਿਸਟ ਜਿਹਨੂੰ ਆਪਾਂ ਕਹਿੰਦੇ ਆ ਉਹ ਠੀਕ ਆ ਤੇ ਗ੍ਰਿਲ ਤੇ ਹੋਰ ਕਾਫੀ ਚੀਜ਼ਾਂ ਅਪਗ੍ਰੇਡਸ ਹੈਗੇ ਉਹਦੇ ਵਿੱਚ ਰਿਮਸ ਕਾਫੀ ਬੈਟਰ ਆ ਜਾਂਦੇ ਇੱਕ ਸਾਈਜ਼ ਵੱਡਾ ਆ ਜਾਂਦਾ ਉਹਨਾਂ ਦਾ ਤੇ ਇੰਟੀਰੀਅਰ ਕਲਰ ਵਗੈਰਾ ਆਪਾਂ ਨੂੰ ਮਿਲ ਜਾਂਦੇ ਹੋਣਗੇ ਇੰਟੀਰੀਅਰ ਕਲਰ ਦੇ ਆਪਣੇ ਕੋਲ ਕਾਫੀ ਆਪਸ਼ਨਸ ਆ ਜਾਂਦੇ ਇਹਦੇ ਵਿੱਚ ਜਿਵੇਂ ਪੇਕਨ ਬ੍ਰਾਊਨ ਆਉਂਦਾ ਬੜਾ ਸੋਹਣਾ ਬੇਜ ਇੰਟੀਰੀਅਰ ਆ ਰਿਹਾ ਤੇ ਉਹ ਅਲਟੀਮੇਟ ਕੈਲੀਗ੍ਰਾਫੀ ਚ ਕੰਬੀਨੇਸ਼ਨਸ ਹੋਰ ਵੀ ਬੈਟਰ ਹੈਗੇ ਆ ਤਾਂ ਇੰਟੀਰੀਅਰ ਬਹੁਤ ਲਗਜ਼ਰੀਅਸ ਆ ਮੈਂ ਤੁਹਾਨੂੰ ਪਿਕਚਰਸ ਦਿਖਾਉਂਗਾ ਨਾਲ ਮੈਂ ਬਾਈ ਤੋਂ ਮਤਲਬ ਬੇਸਿਕਲੀ ਇਹ ਸਲਾਹ ਲੈਣੀ ਆ ਵੀ ਹੁਣ ਆਪਾਂ ਉਹ ਗੱਡੀ ਬਦਲ ਦੀ ਆ ਲੈ ਲਈਏ ਕਿਵੇਂ ਕਰੀਏ ਦੱਸ ਯਾਰ ਬਾਹਰੋਂ ਮੈਨੂੰ ਬਹੁਤ ਸੋਹਣੀ ਲੱਗੀ ਕੱਲ ਨਾ ਮੇਰੇ ਬਰਾਬਰ ਜਾਂਦੀ ਸੀ ਹਾਈਵੇ ਤੇ ਫਰੰਟ ਮੈਨੂੰ ਬਹੁਤ ਸੋਹਣਾ ਲੱਗਿਆ ਬਿਲਕੁਲ ਸਾਈਡਾਂ ਵੀ ਸੋਹਣੀਆਂ ਨੇ ਇਹਦੀ ਹੁਣ ਬਾਕਸੀ ਲੁੱਕ ਆ ਗਈ ਥੋੜੀ ਜਿਹੀ ਹਨਾ ਤੇ ਮਤਲਬ ਥੋੜੀ ਜਿਹੀ ਹੈ ਨਾ ਡਿਫੈਂਡਰ ਵਰਗੀ ਵੀ ਲੱਗਦੀ ਆ ਬਾਕਸੀ ਜਿਹੜੀਆਂ ਕਾਰਸ ਨੇ ਉਹਨਾਂ ਵਰਗੀ ਲੱਗਦੀ ਆ ਪਰ ਇਹਦੀ ਬੈਕ ਮੈਨੂੰ ਥੋੜੀ ਜਿਹੀ ਫਲੈਕਸ ਵਰਗੀ ਵੀ ਲੱਗਦੀ ਆ ਦੀ ਫੋਰਡ ਦੀ ਫਲੈਕਸ ਨਹੀਂ ਹੈਗੀ ਹਾਂਜੀ ਹਾਂਜੀ ਉਦਾਂ ਦੀ ਲੱਗਦੀ ਆ ਥੋੜੀ ਸਾਨੂੰ ਵੈਸੇ ਮੋਸਟਲੀ ਕੰਜ਼ਿਊਮਰ ਜਿਹੜਾ ਵੀ ਆਂਦਾ ਗੱਡੀ ਦੇਖਦਾ ਉਹ ਕਹਿੰਦਾ ਫਰੰਟ ਤੋਂ ਪੂਰੀ ਰੇਂਜ ਰੋਵਰ ਲੱਗਦੀ ਆ ਹਾਂ ਉਹ ਜਿਵੇਂ ਗੱਡੀ ਦੇ ਅੰਦਰ ਪੈਂਦਾ ਕਹਿੰਦਾ ਇਹਦਾ ਡਿਫੈਂਡਰ ਨੂੰ ਮਾਤ ਪਾਉਂਦੀ ਆ ਇਹ ਅੰਦਰੋਂ ਬਹੁਤ ਸੋਹਣੀ ਆ ਗੱਡੀ ਬੜੀ ਬਾਕਸੀ ਤੇ ਖੁੱਲੀ ਡੁੱਲੀ ਆ ਖੁੱਲੀ ਡੁੱਲੀ ਆ ਇਨਫੈਕਟ ਜੇ ਤੁਹਾਡੇ ਵਾਲੇ ਮਾਡਲ ਤੋਂ 23 ਮਾਡਲ ਤੋਂ ਕੰਪੇਅਰ ਕਰੀਏ ਤਾਂ ਕਾਫੀ ਇਹ ਖੁੱਲੀ ਬਣਾਈ ਆ ਉਹਦੇ ਨਾਲੋਂ ਬਸ ਰਹਿਣ ਨਾ ਛੇੜਨ ਰਹਿਣ ਦੇ ਦਰਦਾਂ ਨੂੰ ਨਹੀਂ ਮੈਂ ਪੰਪ ਸ਼ਕਾ ਰਿਹਾ ਗੱਡੀ ਚੇਂਜ ਕਰਾਉਣ ਨੂੰ ਜਜ਼ਬਾਤ ਸਮਝੋ ਸੋ ਇਹ ਸੋਚਣ ਵਾਲੀ ਗੱਲ ਤਾਂ ਹੈਗੀ ਆਪਾਂ ਨੰਬਰ ਜੇ ਕੈਲਕੂਲੇਟ ਕਰਕੇ ਦੇਖ ਲਾਂਗੇ ਤੇ ਜੇ ਆਪਾਂ ਨੂੰ ਕੈਨੇਡਾ ਦੀ ਇਕਨੋਮੀ ਕਹਿੰਦੀ ਹੋਈ ਵੀ ਲੈ ਸਕਦੇ ਹੋ ਤੁਸੀਂ ਗੱਡੀ ਤੇ ਵੀਰੇ ਨੇ 4-5 ਪੰਪ ਹੋਰ ਜ਼ਿਆਦਾ ਮਾਰ ਕੇ ਫੇਰ ਆਪਾਂ ਦੇਖ ਲਾਂਗੇ ਬਾਕੀ ਹਲੇ ਆਪਣੀ ਗੱਡੀ ਜਾਨੀ ਫਿਲਹਾਲ ਵਧੀਆ ਚੱਲਦੀ ਆ ਬਿਲਕੁਲ ਬਿਲਕੁਲ ਨੋ ਡਾਊਟ ਸੈਂਟਾ ਫੇ ਇਜ਼ ਡੂਇੰਗ ਸੋ ਗੁੱਡ ਪਰ ਇਹ ਵੀ ਹੁਣ ਇਹਦੀ ਰਿਲਾਇਬਿਲਟੀ ਤਾਂ ਦੇਖਦੇ ਆ ਇਹਦੀ ਇਹ ਨਵੀਂ ਆਈ ਆ ਨਾ ਚਲੋ ਮੇਰੇ ਲਈ ਤਾਂ ਉਹ ਤਾਂ ਪੁਰਾਣੀ ਹੋ ਗਈ ਜਿਵੇਂ ਚੱਲਦੀਆਂ ਹੀ ਨੇ ਉਹ ਤਾਂ ਹਨਾ ਬਿਲਕੁਲ ਤੇ ਹੁਣ ਇਹਦੀ ਦੇਖਦੇ ਆ ਵੀ ਰਿਪੋਰਟ ਕੀ ਆ ਫੇਰ ਦੇਖਾਂਗੇ ਡਿਸੀਜਨ ਲਵਾਂਗੇ ਹੁੰਡਾਈ ਦੇ ਨਾ ਹੁਣ ਸਾਰੇ ਇੰਜਨਸ ਇਹਨਾਂ ਨੇ ਇੰਨੇ ਐਡਵਾਂਸ ਕਰਤੇ ਆ ਕਿ ਆਪਾਂ ਨੂੰ ਹਰ ਗੱਡੀ ਦੇ 5 ਲੱਖ ਕਿਲੋਮੀਟਰ ਲਈ ਤਾਂ ਵੈਸੇ ਹੀ ਨਿਸ਼ਚਿੰਤਾ ਮਿਲ ਜਾਂਦੀ ਕੰਪਨੀ ਵੱਲੋਂ ਜੇ ਆਪਾਂ ਕੰਪੀਟੀਸ਼ਨ ਦੇ ਬ੍ਰਾਂਡਸ ਦੇਖੀਏ ਜਿਵੇਂ ਹੋਂਡਾ ਹੋ ਗਿਆ ਟੋਇਟਾ ਹੋ ਗਿਆ ਉਹ ਸਿਰਫ 3 ਸਾਲ ਤੇ 60,000 ਕਿਲੋਮੀਟਰ ਦੇ ਰਿਹਾ ਆਪਾਂ ਨੂੰ ਤੇ ਹੁੰਡਾਈ ਸਭ ਤੋਂ ਜ਼ਿਆਦਾ ਦੇ ਰਹੀ ਜਿਹੜੀ 5 ਸਾਲ ਤੇ 1 ਲੱਖ ਕਿਲੋਮੀਟਰ ਦੀ ਆਪਾਂ ਨੂੰ ਬਾਈ ਡਿਫਾਲਟ ਕੰਪਨੀ ਵੱਲੋਂ ਹੀ ਗਰੰਟੀ ਮਿਲ ਰਹੀ ਹੈ ਤੇ ਯਾਰ ਬ੍ਰਾਂਡ ਸਾਰੀ ਵਧੀਆ ਨੇ ਹੁਣ ਜੇ ਮੈਂ ਉਰੇ ਕਹਿਤਾ ਸਾਰੇ ਲੱਗਣਾ ਵੀ ਕਿਤੇ ਇਹ ਐਵੇਂ ਤਾਂ ਨਹੀਂ ਇਹਨਾਂ ਦੀ ਉਹ ਕਰੀ ਜਾਂਦਾ ਹੈਗਾ ਬ੍ਰਾਂਡ ਸਾਰੀ ਵਧੀਆ ਬ੍ਰਾਂਡ ਸਾਰੇ ਵਧੀਆ ਨੋ ਡਾਊਟ ਤੇ ਮੇਰੀ ਜਿੰਨੀ ਦੇਰ ਗੱਡੀ ਸਰਵਿਸ ਹੋ ਰਹੀ ਸੀ ਮੈਨੂੰ ਇਹ ਕਹਿੰਦੇ ਵੀ ਕਸਟਮਰ ਲਾਉਂਜ 'ਚ ਬਹਿ ਜਾਓ ਤੇ ਪਰ ਮੈਂ ਕਿਹਾ ਮੈਂ ਨਹੀਂ ਬਹਿੰਦਾ ਮੈਂ ਤਾਂ ਕਦੇ ਪਹਿਲਾਂ ਅੱਧਾ ਘੰਟਾ ਸ਼ੁਭਨੀਤ ਕੋਲੇ ਅੱਧਾ ਘੰਟਾ ਸਾਰਿਆਂ ਕੋਲੇ ਬਹਿ ਕੇ ਇਹਨਾਂ ਨੂੰ ਇਹ ਕਿ ਮੈਨੂੰ ਤਾਂ ਗੱਡੀਆਂ ਬਾਰੇ ਨੌਲੇਜ ਮਿਲ ਜਾਂਦੀ ਆ ਕਰੰਟ ਇੰਟਰਸਟ ਰੇਟ ਕੀ ਚੱਲ ਰਿਹਾ ਸਾਰਾ ਕੁਝ ਪਤਾ ਲੱਗ ਜਾਂਦਾ ਵਾ ਸੋ ਕਰੰਟ ਇੰਟਰਸਟ ਰੇਟ ਆ ਜਿਹੜਾ ਇਸ ਟਾਈਮ ਥੋੜਾ ਵੱਧ ਚੱਲ ਰਿਹਾ ਵਾ ਕਰੰਟ ਜੀ ਜੇ ਆਪਾਂ 8 ਸਾਲ ਦੀ ਗੱਲ ਕਰੀਏ ਤਾਂ 6.99 ਆ ਅੱਛਾ ਜੀ ਪਰ ਜਿਵੇਂ ਤੁਸੀਂ ਆਪਣੇ ਲਾਇਲ ਕਸਟਮਰ ਹੋ ਤੁਹਾਡੇ ਕੋਲ ਆਲਰੇਡੀ ਹੁੰਡਾਈ ਦੀ ਗੱਡੀ ਆ ਹਾਂਜੀ ਮੈਂ ਤੁਹਾਨੂੰ 0.5% ਰੇਟ ਰਿਡਕਸ਼ਨ ਕਰਕੇ 6.49 ਚ ਗੱਡੀ ਚਕਾ ਸਕਦਾ ਉਹ ਵੀ 8 ਸਾਲ ਤੇ ਉਹ ਠੀਕ ਆ ਤੇ ਜੇ ਆਪਾਂ 5 ਸਾਲ ਦੀ ਗੱਲ ਕਰੀਏ ਤਾਂ ਵੈਸੇ 5
ਵੀਰੇ ਦਾ ਮੈਂ ਨੰਬਰ ਦੇ ਦੂੰਗਾ ਉਹਦੇ ਜੇ ਤੁਸੀਂ ਆਏ ਤਾਂ ਵੀਰੇ ਨੂੰ ਕੰਟੈਕਟ ਕਰ ਲਿਓ ਕਦੇ ਵੀ ਕਾਲ ਕਰ ਲਿਓ ਜੇ ਗੱਡੀ ਗੁੱਡੀ ਲੈਣੀ ਹੋਵੇ ਨੇਚਰ ਬਹੁਤ ਵਧੀਆ ਵਾ ਬਾਈ ਦਾ ਡੈਫੀਨਿਟਲੀ ਬਾਈ ਜਿਹੜਾ ਵੀ ਕੋਈ ਵੀ ਗੱਡੀ ਦੇਖ ਰਿਹਾ ਚਾਹੇ ਸਲਾਹ ਵੀ ਲੈਣੀ ਹੈ ਡੂ ਵਿਜ਼ਿਟ ਮੀ ਐਟ ਰੈਕਸਡੇਲ ਹੰਡਾਏ ਮੈਂ ਆਪਣਾ ਨੰਬਰ ਮੈਂਸ਼ਨ ਕਰ ਦਿੰਦਾ ਮੈਨੂੰ ਕਾਲ ਕਰਕੇ ਆ ਜਾਓ ਤੇ ਆਪਾਂ ਬੈਠ ਕੇ ਆਰਾਮ ਨਾਲ ਸਲਾਹ ਕਰਾਂਗੇ ਕੋਈ ਧੱਕਾ ਨਹੀਂ ਕੋਈ ਪ੍ਰੈਸ਼ਰ ਨਹੀਂ ਬਟ ਤੁਸੀਂ ਆ ਕੇ ਚੀਜ਼ ਨੂੰ ਵੇਖੋ ਸੋ ਦੈਟ ਯੂਲ ਹੈਵ ਅ ਬੈਟਰ ਆਈਡੀਆ ਕਿ ਤੁਹਾਨੂੰ ਉਨੇ ਪੈਸਿਆਂ 'ਚ ਕਿੰਨੀ ਵੈਲਿਊ ਮਿਲ ਰਹੀ ਹੈ ਇੱਕ ਹੰਡਾਈ ਦੀ ਗੱਡੀ ਸੇਮ ਪ੍ਰਾਈਸ ਪੁਆਇੰਟ ਤੁਹਾਨੂੰ ਇੰਨੇ ਜ਼ਿਆਦਾ ਫੀਚਰਸ ਦੇ ਰਹੀ ਹੈ ਕਿ ਤੁਹਾਨੂੰ ਗੱਡੀ 'ਚ ਬਹਿ ਕੇ ਖੁਦ ਰਿਅਲਾਈਜ਼ ਹੁੰਦਾ ਹੈ ਮੇਰਾ ਕਾਰਨ ਵੀ ਇਹੀ ਸੀਗਾ ਮੈਨੂੰ ਇੰਟੀਰੀਅਰ ਬਹੁਤ ਸੋਹਣਾ ਲੱਗਿਆ ਸੀ ਉਹ ਪ੍ਰਾਈਸ ਰੇਂਜ ਦੇ ਵਿੱਚ ਮੈਨੂੰ ਕਿਤੇ ਮੈਂ ਸਾਰ ਹੀ ਗਿਆ ਸੀਗਾ ਆਪਾਂ ਕਿਹੜਾ ਵੀ ਕਿਸੇ ਬ੍ਰਾਂਡ ਨਾਲ ਬੰਨੀ ਹੋਏ ਆ ਜਿਹੜਾ ਬ੍ਰਾਂਡ ਆਪਾਂ ਨੂੰ ਵਧੀਆ ਦੂ ਆਪਾਂ ਉੱਥੋਂ ਗੱਡੀ ਬਿਲਕੁਲ ਬਿਲਕੁਲ ਸੋ ਮੈਂ ਉਹ ਹਿਸਾਬ ਨਾਲ ਲਈ ਸੀ ਹਲ ਤੱਕ ਮੇਰੀ ਗੱਡੀ ਵਧੀਆ ਚੱਲਦੀ ਆ ਜਿੱਦਾਂ ਹੀ ਮੇਰੀ ਗੱਡੀ 'ਚ ਕੋਈ ਪ੍ਰੋਬਲਮ ਆਈ ਨਾ ਮੈਂ ਵੀਡੀਓ ਪਾ ਦੇਣੀ ਆ ਮੈਂ ਤੁਹਾਨੂੰ ਦੱਸ ਦੇਣਾ ਆਪਾਂ ਐਕਸਪੀਰੀਅੰਸ ਸ਼ੇਅਰ ਕਰਦੇ ਆ ਆਪਣਾ ਯਾਰ ਕੋਈ ਚੱਕਰ ਨਹੀਂ ਭਰਾ ਬੈਠਾ ਤੁਹਾਡਾ ਕਿਤੇ ਨਹੀਂ ਪੰਗਾ ਪੈਣ ਦਿੰਦੇ ਹੁਣ ਆਪਾਂ ਕਿੱਥੇ ਚੱਲੀਏ ਵੀਰੇ ਟਿਮ ਹੁਣ ਚਾਹ ਕੌਫੀ ਚੱਕੀਏ ਕੁਛ ਚਲੋ ਚਾਹ ਪੀ ਲੈਂਦੇ ਆ ਕੀ ਲਓਗੇ ਸਟੀਪ ਟੀ ਉਹ ਪੀ ਲਾਂਗੇ ਤੁਸੀਂ ਕੀ ਲੈਣਾ ਸਟੀਪ ਟੀ ਉਹ ਚੱਲੂਗਾ ਫਿਰ ਖੰਨੇ ਵਾਲੇ ਬੈਠਿਆਂ ਚਾਹ ਚੱਲਣੀ ਡਬਲ ਡਬਲ ਕਰ ਦਿਓ ਮੇਰੀ ਸਮਾਲ ਹੀ ਕਰ ਦਿਓ ਵੀਰੇ ਛੋਟੀ ਕੈਮਰੇ ਜੇ ਵੀ ਸੋਹਣੇ ਲੱਗਦੇ ਵੀਰੇ ਉਹ ਚਲੀ ਗਏ ਇਹ ਸਲੋ ਸਪੀਡ ਤੇ ਹੀ ਆ ਆਪਾਂ ਜਿਵੇਂ ਕਰਦੇ ਆ ਆਪਾਂ ਨੂੰ ਰੀਅਰ ਵਿਊ ਫਰੰਟ ਵਿਊ ਤੇ ਇਹਦੇ ਚ 360 ਵੀ ਆ ਜਾਂਦਾ ਬਦਲਾਓਗੇ ਗੱਡੀ ਤੁਸੀਂ ਹਟਦੇ ਨਹੀਂ ਆ ਦੇਖੋ ਜੀ ਉਹ ਠੀਕ ਆ ਹਾਂ ਯਾਰ ਚੱਕਵੀਂ ਚੀਜ਼ ਆ ਹੈ ਨਹੀਂ ਸੋਹਣੀ ਆ ਗੱਡੀ ਤਾਂ ਸੋਹਣੀ ਆ ਯਾਰ ਮੈਂ ਜਦੋਂ ਪਹਿਲੀ ਵਾਰੀ ਜਦੋਂ ਇਹਨਾਂ ਨੇ ਲਾਂਚ ਕੀਤੀ ਫੋਟੋਆਂ ਪਾਈਆਂ ਮੈਂ ਤਾਂ ਉਹਦੀ ਦਿਲ ਆ ਗਿਆ ਸੀਗਾ ਜਦੋਂ ਇਹਨਾਂ ਨੇ ਫੋਟੋਆਂ ਪਾਈਆਂ ਸੀ ਨਾ ਮੈਂ ਯਾਰ ਗੱਡੀ ਸੋਹਣੀ ਆ ਪਰ ਗੱਡੀ ਅਪਗ੍ਰੇਡ ਕਰਕੇ ਭੇਜਾਂਗੇ ਨਹੀਂ ਦੇਖਦੇ ਹਾਂ ਹਲੇ ਸਲਾਹ ਕਰਦੇ ਹਾਂ ਕਿਉਂਕਿ ਆਪਣਾ ਯਾਰ ਮੇਨ ਮੈਨੂੰ ਉਹ ਵੀ ਆ ਨਾ ਇਹਦੇ ਵਿੱਚ 6-7 ਸੀਟਾਂ ਵਾਲੇ ਵੀ ਹੋ ਗਿਆ ਨਾ ਕੰਮ ਮੇਰੇ ਵਾਲੀ 'ਚ 5 ਹੀ ਸੀਟਾਂ ਨੇ ਜੀ ਉਹਦੇ ਕਰਕੇ ਗੱਡੀ ਇੱਕ ਨਾਲ ਹੋਰ ਲੈ ਕੇ ਜਾਣੀ ਪੈਂਦੀ ਹੈ ਫਿਰ ਇਹ 'ਚ 7 ਨਾਲ ਸਰ ਜਾਂਦਾ ਇਹ 'ਚ ਆਪਣੇ ਕੋਲ ਕੈਪਟਨ ਸੀਟਸ ਦਾ ਵੀ ਆਪਸ਼ਨ ਆਉਂਦਾ ਉਹ ਠੀਕ ਉਹ ਫਿਰ ਪਿਛਲੀ ਸੀਟਾਂ ਵੀ ਆਣ ਪੂਰੀਆਂ ਬੰਦਾ ਰਾਜੇ ਵਾਂਗੂ ਬੰਦਾ ਆਰਾਮ ਨਾਲ ਓਕੇ ਪਹਿਲਾਂ ਤੁਹਾਨੂੰ ਯਾਦ ਹੋਣਾ ਆਪਾਂ ਇੱਕ ਵਾਰੀ ਆਨਿਕ ਦੀ ਵੀਡੀਓ ਬਣਾਈ ਸੀਗੀ ਇਹਦੀ ਵੀ ਸ਼ੇਪ ਚੇਂਜ ਹੋ ਚੁੱਕੀ ਹੈ ਇੱਦਾਂ ਦੀ ਇਹ ਇਲੈਕਟ੍ਰੀਕਲ ਆ ਇਹ ਆਯੋਨਿਕ 6 ਆ ਹੁਣ ਇਹ ਵਾਲੀ ਅਤੇ ਆਹ ਦੇਖੋ ਜੀ ਆਹ ਵਾਈਟ ਕਲਰ 'ਚ ਖੜੀ ਆ ਆਹ ਵੀ ਸੋਰੀ ਵਾਈਟ ਕਲਰ 'ਚ ਹੀ ਆ ਇੱਕ ਮਿਲਟਰੀ ਦੇ ਵਿੱਚ ਮਿਲਟਰੀ ਗ੍ਰੀਨ ਜਿਹਾ ਕਲਰ ਆਉਂਦਾ ਇਹ ਵੀ ਇਹਨਾਂ ਦਾ ਬਹੁਤ ਸੋਹਣਾ ਵਾ ਅਤੇ ਇਹਦਾ ਇੰਟੀਰੀਅਰ ਦੇਖੋ ਤੁਸੀਂ ਕਲਰ ਇਹਦਾ ਬੀਜ ਇੰਟੀਰੀਅਰ ਆਹ ਸੋਹਣਾ ਇੰਟੀਰੀਅਰ ਆਪਣੀ ਗੱਡੀ ਦੀ ਸਰਵਿਸ ਹੋ ਚੁੱਕੀ ਹੈ ਮੈਨੂੰ ਕਾਲ ਆ ਗਈ ਇਹਨਾਂ ਦਾ ਆਫਿਸ ਜਿਹਾ ਨਵਾਂ ਬਣ ਰਿਹਾ ਕਾਫੀ ਮਹੀਨੇ ਹੋ ਗਏ ਮਤਲਬ 6 ਮਹੀਨੇ ਤੋਂ ਕੰਮ ਚੱਲਦਾ ਤਾਂ ਉਰੇ ਕੀ ਹੁੰਦਾ ਵੀ ਉਰੇ ਇਹੋ ਜਿਹੇ ਕੰਟੇਨਰ ਜਿਹੇ ਲਾ ਦਿੰਦੇ ਆ ਜਿਵੇਂ ਸਰਵਿਸ ਡਿਪਾਰਟਮੈਂਟ ਆ ਉੱਧਰ ਹੋਰ ਕੰਟੇਨਰ ਬਣੇ ਹੋਏ ਨੇ ਸੇਲਸ ਵਾਲਾ ਅਲੱਗ ਆ ਸੋ ਆਪਾਂ ਹੁਣ ਇਹਦੇ ਵਿੱਚ ਚੱਲਦੇ ਹਾਂ ਇੱਕ ਪਾਰਟਸ ਕੰਟੇਨਰ ਆ ਲਓ ਵੀ ਹੁਣ ਤੁਸੀਂ ਦੱਸਿਓ ਆਪਾਂ ਆਹ ਆਪਣੀ ਕਰੰਟ ਕਾਰ ਆ ਆਹੀ ਰੱਖੀਏ ਕਿ ਇਹਨੂੰ ਬਦਲ ਕੇ ਆਹ ਵਾਲੀ ਕਰ ਦਈਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਾ ਇਹਨਾਂ ਦੀ ਕੋਨਾ ਹੀ ਆ ਯਾਰ ਇਹ ਵੀ ਇਹਨਾਂ ਨੇ ਵੱਡੀ ਕਰਤੀ ਅੱਗੇ ਨਾਲੋਂ ਸੋਹਣੀ ਲੱਗਦੀ ਆ ਮੈਨੂੰ ਤਾਂ ਲੱਗਿਆ ਪਹਿਲਾਂ ਕਿਤੇ 200 ਨਾ ਪਰ ਕਹਿੰਦੇ ਇਹ ਕੋਨਾ ਵਾ ਜਦੋਂ ਆਪਾਂ ਇਹਨਾਂ ਤੋਂ ਗੱਡੀ ਲਈ ਸੀਗੀ ਤਾਂ ਨਾ ਵਿੰਟਰ ਮੈਟਸ ਨਾਲ ਸੀਗੇ ਪਰ ਜਿਹੜੇ ਮੈਨੂੰ ਮਿਲੇ ਸੀ ਜਦੋਂ ਸਰਦੀਆਂ ਪਈਆਂ ਮੈਂ ਚੇਂਜ ਕਰਨੇ ਸੀਗੇ ਗੱਡੀ ਦੇ ਵਿੱਚ ਆਹ ਰੱਖਣ ਲੱਗਿਆ ਸੀਗਾ ਤਾਂ ਮੈਨੂੰ ਪਤਾ ਲੱਗਿਆ ਇਹ ਤਾਂ ਫਿੱਟ ਹੀ ਨਹੀਂ ਹੋ ਰਹੇ ਸੋ ਮੈਨੂੰ ਇਹਨਾਂ ਨੇ ਪ੍ਰੋਬੇਬਲੀ ਗਲਤ ਗੱਡੀ ਦੇ ਦਿੱਤੇ ਸੀਗੇ ਸੋ ਹਾਲੇ ਵੀ ਜਿਹੜੇ ਮੂਹਰੇ ਵਾਲੇ 2 ਨੇ ਉਹ ਇਹਨਾਂ ਕੋਲ ਅਵੇਲੇਬਲ ਸੀ ਉਹ ਮੈਂ ਦੇ ਤੇ ਇਹਨਾਂ ਨੂੰ ਜਿਹੜੇ ਮੇਰੇ ਕੋਲ ਪਹਿਲਾਂ ਵਾਲੇ ਪਏ ਸੀ ਉਹ ਮੈਂ ਯੂਜ਼ ਹੀ ਨਹੀਂ ਕੀਤੀ ਜਦੋਂ ਮੇਰੀ ਗੱਡੀ 'ਚ ਫਿੱਟ ਹੀ ਨਹੀਂ ਆਏ ਹੈਗੇ ਸੋ ਅਤੇ ਜਿਹੜਾ ਆਹ ਸੈਂਟਰ ਵਾਲੀ ਸੀਟਾਂ 'ਚ ਪੈਂਦਾ ਹੁੰਦਾ ਬਹੁਤ ਹਵਾ ਬਹੁਤ ਚੱਲਦੀ ਹੈ ਉਹ ਹਾਲੇ ਵੀ ਨਹੀਂ ਮਿਲਿਆ ਫਰਾਈਡੇ ਨੂੰ ਆਪ ਸਿਸ ਕਰਕੇ ਆਹ ਮੈਂ ਪਰਚੀ ਤੇ ਲਿਖਾ ਲਿਆ ਮੈਂ ਕਿਹਾ ਮੈਨੂੰ ਦੇ ਦਿਓ ਉਹ ਜਦੋਂ ਆ ਗਿਆ ਸੋ ਤੁਹਾਡੇ ਵਾਸਤੇ ਇਹ ਟਿਪ ਆ ਵੀ ਜਦੋਂ ਤੁਸੀਂ ਗੱਡੀ ਲਈ ਆਹ ਵਿੰਟਰ ਮੈਟ ਜੇ ਤੁਹਾਨੂੰ ਮਿਲੇ ਬੱਲੇ ਬੱਲੇ ਟਰੱਕ ਵਾਹਵਾ ਨਾਲ ਦੀ ਗਿਆ ਵਾ ਅਤੇ ਭਰਾਵੋ ਉੱਦਾਂ ਹੀ ਪਾ ਕੇ ਚੈੱਕ ਕਰ ਲਿਆ ਕਰੋ ਮੈਂ ਚੈੱਕ ਨਹੀਂ ਕੀਤਾ ਸੀ ਤਾਂ ਮੈਂ ਐਕਤੀ ਸਾਰੀ ਵਿੰਟਰ ਐਂ ਕੱਢਤੀ ਸਗੋਂ ਕਿ ਮੈਂ ਜਿਹੜਾ ਥੱਲੇ ਵਾਲਾ ਮੈਟ ਜਿਹਾ ਹੁੰਦਾ ਥੋੜ੍ਹਾ ਜਿਹਾ ਮੈਂ ਖਰਾਬ ਕਰ ਲਿਆ ਪਰ ਜਿਹੜਾ ਵਿੰਟਰ ਲਾਈਨਰ ਜਾਂ ਵਿੰਟਰ ਮੈਟ ਜਿਹਾ ਹੁੰਦੇ ਆ ਰਾਈਟ ਵੇ ਚੈੱਕ ਕਰ ਲਵੇ ਜਿਵੇਂ ਮੈਨੂੰ ਗਲਤ ਗੱਡੀ ਦੇ ਉਹਦੇ ਉੱਤੇ ਵੀ ਸੈਂਟਰ ਫੇ ਲਿਖਿਆ ਹੋਇਆ ਸੀ ਪਰ ਪਤਾ ਨਹੀਂ ਇਹ 'ਚ ਕਿਉਂ ਨਹੀਂ ਫਿੱਟ ਆਏ ਹੈਗੇ ਉਹ ਸੁਣ ਆਪਾਂ ਨਵੇਂ ਚੱਕ ਲਏ ਵੈਸੇ ਮੈਂ ਇਹ ਵੀ ਨਹੀਂ ਚੈੱਕ ਕਰ ਰਿਹਾ ਹੈਗਾ ਹਲੇ ਅਤੇ ਫਿਰ ਮੈਂ ਕਰੂੰ ਧੁੱਪੀ ਜਦੋਂ ਨਿਕਲੂ ਫਿਰ ਚੈੱਕ ਕਰੂੰਗਾ ਹੁਣ ਬਾਅਦ ਠੰਡ ਜੀ ਸੀਗੀ ਮੈਂ ਕਿਹਾ ਵੈਸੇ ਵੀ ਫਰਾਈਡੇ ਨੂੰ ਆਉਣਾ ਹੀ ਆ ਉਦੋਂ ਪਹਿਲਾਂ ਚੈੱਕ ਕਰ ਲਾਂਗੇ ਹੁਣ ਆਪਾਂ ਗੱਡੀ 'ਚ ਗੈਸ ਪਾ ਰਹੇ ਸੀ ਘਰੇ ਗਏ ਸੀ ਰੋਟੀ ਖਾ ਕੇ ਮੈਂ ਦੁਬਾਰਾ ਆ ਗਿਆ ਘਰ ਦੇ ਸ਼ਨ ਕਹਿੰਦੀ ਗਰੋਸਰੀ ਲੈ ਕੇ ਤਾਂ ਤੁਸੀਂ ਤੇਲ ਦੇ ਪ੍ਰਾਈਸ ਚੈੱਕ ਕਰ ਲਓ $1 ਆਲਮੋਸਟ 56 ਸੈਂਟ ਹੋ ਗਿਆ ਪ੍ਰਾਈਸ ਤੇਲ ਦਾ 1 ਲੀਟਰ ਦਾ ਇਹ ਸਭ ਤੋਂ ਬੇਸਿਕ ਵਾਲਾ ਤੇਲ ਆ ਇਸ ਤੋਂ ਬਾਅਦ ਫਿਰ ਆ ਪਲੱਸ ਕਲੀਨ ਸੁਪਰ ਕਲੀਨ ਵੀ ਹੈਗਾ ਵਾ ਟਰੂਡੋ ਸਾਹਿਬ ਟਲਦੇ ਹੀ ਨਹੀਂ ਹੈਗੇ ਕਾਰਬਨ ਟੈਕਸ ਵਧਾਤਾ ਜੀ ਵਧਾਈ ਹੋ ਜਾਂਦੇ ਇੱਕ ਅਨਨੈਸੈਸਰੀ ਜੀ ਚੀਜ਼ ਸਾਡੇ 'ਤੇ ਲਾਗੂ ਕੀਤੀ ਪਈ ਆ ਪਰ ਪਤਾ ਨਹੀਂ ਚਲੋ ਕੀ ਹਿਸਾਬ ਕਿਤਾਬ ਹੋਣਾ
ਪਰ ਉਹਦੇ ਨਾਲ ਹੁਣ ਮੈਨੂੰ ਫਿਰ ਵਧਾਇਆ ਇਹਨਾਂ ਨੇ, ਇਸ ਕਰਕੇ ਹੁਣ ਤੇਲ $1.50 ਤੋਂ ਉੱਪਰ ਹੋ ਗਿਆ। ਪਹਿਲਾਂ ਡੇਢ ਤੋਂ ਥੱਲੇ ਸੀਗਾ, 1.49 ਤੇ ਸੀਗਾ, ਹੁਣ ਇੱਕ ਅੱਜ 1.55 ਤੇ ਫਿਰਦਾ ਵਾ। ਮੇ ਬੀ ਇਦੋਂ ਵੀ ਮਹਿੰਗਾ ਲੱਗਿਆ ਹੋਵੇ ਕਿਤੇ ਕਿਤੇ। ਅਤੇ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਵੀ ਤੇਲ ਮਹਿੰਗਾ ਹੁੰਦਾ ਵਾ ਨਾ, ਚਾਹੇ ਥੋੜ੍ਹੇ ਜਿਹੇ ਸੈਂਟ ਦਾ ਹੀ ਫਰਕ ਪਵੇ, ਥੋੜ੍ਹੇ ਜਿਹੇ ਰੁਪਿਆਂ ਦਾ ਫਰਕ ਪਵੇ, ਸਾਰੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ, ਕਿਉਂਕਿ ਸਾਰੀ ਗਰੋਸਰੀਆਂ ਸਾਰਾ ਕੁਛ ਟਰੱਕ ਨਹੀਂ ਲੈ ਕੇ ਜਾਣਾ ਵਾ, ਜਾਂ ਸ਼ਿਪ ਕਹਿ ਲਓ ਕੁਛ ਮਰਜ਼ੀ ਆ, ਮਤਲਬ ਤੇਲ ਦਾ ਬਹੁਤ ਇੰਪੋਰਟੈਂਟ ਰੋਲ ਆ। ਅਤੇ ਤੇਲ ਮਹਿੰਗਾ ਹੋ ਗਿਆ ਮਤਲਬ ਹੋਰ ਥੋੜ੍ਹੀ ਜਿਹੀ ਮਹਿੰਗਾਈ ਹੁਣ ਆਪਾਂ ਨੂੰ ਦੇਖਣ ਨੂੰ ਮਿਲੂਗੀ। ਮੇ ਬੀ ਹੁਣੇ ਗਰੋਸਰੀ ਆਈਟਮ ਥੋੜ੍ਹੀਆਂ ਥੱਲੇ ਹੋਣ ਲੱਗੀਆਂ ਸੀਗੀਆਂ, ਇਹਨਾਂ ਨੇ ਤੇਲ ਚੱਕਤਾ, ਉਹ ਵੀ ਮੈਨੂੰ ਲੱਗਦਾ ਕਾਰਬਨ ਟੈਕਸ ਕਰਕੇ ਵਧਿਆ ਵਾ। ਤਾਂ ਦੇਖਾ ਐਨੀਵੇ ਆਪਾਂ ਤਾਂ ਪਾਉਣੀ, ਆਪਣੇ ਕੋਲ ਕਿਹੜਾ ਇਲੈਕਟ੍ਰੀਕਲ ਰਹਿ ਗਈ ਆ, ਹੁਣ ਆਪਾਂ ਬਸ ਗਰੋਸਰੀ ਕਰਨ ਚੱਲੇ ਹਾਂ ਜੀ। ਮੈਂ ਬੈਗ ਚੱਕ ਲਿਆ ਅਤੇ ਗਰੋਸਰੀ ਕਰੀਏ ਛੇਤੀ ਛੇਤੀ। ਲਓ ਜੀ ਗਰੋਸਰੀ ਕਰ ਲਈ ਆਪਾਂ, $207 ਦੀ ਗਰੋਸਰੀ ਹੋਈ ਆ। ਅਤੇ ਯਾਰ ਨਿਕਲ ਕੇ ਡਿੱਗੂਗਾ ਮੈਨੂੰ ਲੱਗਦਾ ਜੀ, ਅੱਜ ਦੇ ਆਪਾਂ ਖਰਚੇ ਗਿਣੀਏ। ਅਤੇ $200 ਦੀ ਹੁੰਡਾਈ ਆਪਣੀ ਕਾਰ ਦੀ ਸਰਵਿਸ ਹੋਈ ਆ। ਸੋ ਲਾ ਲਓ ਤੁਸੀਂ ਐਵਰੇਜ $100 ਦੀ ਗੈਸ, ਸੋ 500 ਤਾਂ ਆਹੀ ਹੋ ਗਿਆ। ਉਦੋਂ ਵੀ ਨਾ ਜਿਹੜਾ ਰਹਿਣ ਦਾ ਖਰਚਾ ਹੁੰਦਾ ਡੇਲੀ, ਉਹ ਲਾ ਲਓ ਮਿਨੀਮਮ $100 ਘੱਟੋ ਘੱਟ ਜੇ ਮੈਂ ਰੈਂਟ ਦੇਣਾ। ਅੱਜ ਦੀ ਗੱਡੀ ਦੀ ਇੰਸ਼ੋਰੈਂਸ ਗਈ ਆ, ਗੱਡੀ ਦੀ ਕਿਸ਼ਤ ਗਈ ਆ, ਉਹ ਸਾਰਾ ਕੁਛ ਹੈ ਜਾਂ ਮਿਲਾ ਕੇ ਉਹਨੂੰ ਐਵਰੇਜ 100 ਕੁ ਮਿਲਾ ਲਓ ਮਿਨੀਮਮ, ਘੱਟੋ ਘੱਟ ਕਹਿ ਰਿਹਾ ਮੈਂ ਵਿੱਚ, ਮਤਲਬ ਖਾਣ ਪੀਣ ਮਿਲਾ ਕੇ। ਸੋ ਅੱਜ ਦਾ ਇਹ ਆਪਾਂ $600 ਕਰ ਲੈਂਦੇ ਹਾਂ, 600 × 60 ਕਰ ਲਓ ਤੁਸੀਂ ਆਪਣਾ, 36,000 ਹੋ ਗਿਆ ਮੈਨੂੰ ਲੱਗਦਾ। ਅਤੇ ਲਾ ਲਓ ਤੁਸੀਂ ਇੰਡੀਆ ਦੇ ਵਿੱਚ ਮੈਂ 36,000-40,000 ਖਰਚਿਆ ਹੁੰਦਾ ਨਾ, ਤਾਂ ਮੈਨੂੰ ਲੱਗਣਾ ਸੀ ਮੈਂ ਬਹੁਤ ਖਰਚਾ ਕਰਤਾ, ਉਹ ਮੈਨੂੰ ਜਮੀ ਨਹੀਂ ਪਤਾ ਲੱਗਿਆ। ਤਾਂ ਮੈਂ ਹੁਣ ਜਦੋਂ ਆਹ ਡੱਬੇ ਜਿਹਾ ਧਰਦਾ ਸੀ, ਮੈਂ ਕਿਹਾ ਚਲੋ ਜੋੜਿਆ ਲਾ ਕੇ ਤੁਹਾਨੂੰ ਦੱਸ ਦਈਏ। ਅਤੇ ਅੱਜ ਦਾ ਦਿਨ ਨਾਲੇ ਮੇਰਾ ਸਾਰਾ ਬਿੱਲ ਆ ਗਿਆ, ਮੈਂ ਅੱਜ ਮੈਨੂੰ ਕੋਈ ਹੋਰ ਕੰਮ ਨਹੀਂ ਸੀਗਾ। ਸੋ ਮੈਂ 36,000-40,000 ਰੁਪਇਆ ਐਂ ਹੀ ਖਰਚਿਆ ਗਿਆ, ਜਮੇ ਹੀ ਫੀਲ ਵੀ ਨਹੀਂ ਹੋ ਰਿਹਾ ਵੀ ਲੱਗ ਵੀ ਗਿਆ ਕਿ ਨਹੀਂ। ਆਪਦੇ ਵਾਸਤੇ ਕੁਛ ਲਿਆ ਵੀ ਨਹੀਂ ਆ, ਬ੍ਰੈਡ ਬਰੁੱਡ ਹੀ ਲਿਆ ਬਾਬੇ। ਅਤੇ ਇੰਡੀਆ 'ਚ ਆਪਣੇ ਕੋਲ ਘਰ ਘੁਰ ਤਾਂ ਹੁੰਦਾ ਹੀ ਆ, ਮਤਲਬ ਇੰਡੀਆ 'ਚ ਜਿਹਦੇ ਕੋਈ 36,000-40,000 ਲਾ ਲਓ ਤਨਖਾਹ, 40,000-50,000 ਐਵਰੇਜ ਡੀਸੈਂਟ ਜੀ ਤਨਖਾਹ ਮੰਨੀ ਜਾਂਦੀ, ਉਹਦੇ ਨਾਲ ਖਰਚੇ ਜੇ ਸਾਰੇ ਰੁੜ ਪੈਂਦੇ ਆ ਹਨਾ। ਐਂ ਤਾਂ ਵਿੱਚ ਵਿੱਚ ਇੰਡੀਆ 'ਚ 15,000 ਵੀ ਤਨਖਾਹ ਵਾ, 10,000 ਵੀ ਤਨਖਾਹ ਵਾ, ਜਿਹੜੇ ਕਈ ਵਾਰੀ ਫੈਕਟਰੀ ਵਰਕਰਸ ਹੁੰਦੇ ਆ। ਸੋ ਲਾ ਲਓ ਤੁਸੀਂ 36,000 ਰੱਖਣ, ਜਮਾਂ ਹੀ ਫੀਲ ਵੀ ਨਹੀਂ ਹੋ ਰਿਹਾ ਵੀ 40,000-36,000 ਰੁਪਇਆ ਖਰਚੇ ਆ, ਜਮੀ ਐਲ ਇਹਦਾ ਮੈਂ ਹੁਣ ਗੁਣਾ ਕਰਕੇ ਦੇਖਿਆ, ਮੈਂ ਯਾਰ ਇੰਨਾ ਖਰਚਾ ਹੋ ਜਾਂਦਾ ਇੱਕ ਦਿਨ ਦੇ ਵਿੱਚ। ਸੋ ਪਰ ਚਲੋ ਹੁਣੇ ਗਰੋਸਰੀ ਕਈ ਦਿਨਾਂ ਦੀ, ਅੱਜ ਦੀ ਨਹੀਂ ਹੈਗੀ, ਅਗਲੇ 10 ਦਿਨ ਆਰਾਮ ਰਹੂਗਾ। ਸੋ ਚੱਲਦੇ ਹਾਂ ਹੁਣ ਆਪਾਂ ਘਰੇ, ਚੋਰੀ ਵਲੌਗ ਦਾ ਐਂਡ ਕਰ ਦਿੰਦੇ ਹਾਂ ਜੀ, ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਅਤੇ ਹੋਪਫੁਲੀ ਚੋਰ ਵੀਰਾਂ ਨੂੰ ਬੇਨਤੀ ਹੈ ਮੇਰੀ ਗੱਡੀ ਛੱਡ ਦਿਓ ਯਾਰ, ਦੇਖ ਲਓ ਪਹਿਲੇ ਵਾਰ ਖਰਚੇ ਹੁੰਦੇ ਆ। ਸੋ ਦਇਆ ਕਰੋ ਯਾਰ, ਬਹੁਤ ਝੰਜਟਾਂ 'ਚੋਂ ਸਾਨੂੰ ਨਿਕਲਣਾ ਪੈਣਾ ਵਾ। ਪਤਾ ਨਹੀਂ ਕੌਣ ਸੀਗਾ, ਮੈਂ ਨਰਮ ਜਿਹਾ ਹੀ ਸੀਗਾ, ਬਸ ਐਂ ਹੈਂਡਲ ਖੋਲ੍ਹ ਖੋਲ੍ਹ ਦੇਖੀ ਜਾਂਦਾ ਸੀਗਾ। ਉਹਨੇ ਵਧੀਆ ਲਾਇਆ ਸੀਗਾ ਵੀ ਜੇ ਫੜਿਆ ਗਿਆ, ਮੈਂ ਕਹਿ ਦੂੰਗਾ ਏਪ੍ਰਲ ਫੂਲ ਪ੍ਰੈਂਕ, ਮੈਂ ਤਾਂ ਉਹ ਕਰਦਾ ਸੀਗਾ। ਸੋ ਮਿਲਾਂਗੇ ਜੀ ਅਗਲੀ ਵੀਡੀਓ ਵਿੱਚ, ਤਦ ਤੱਕ ਸਾਰਿਆਂ ਨੂੰ ਲਵ ਯੂ, ਟੇਕ ਕੇਅਰ ਅਤੇ ਬਾਏ। ਅਤੇ ਖਿਆਲ ਰੱਖਿਓ ਆਪਣਾ, ਰੱਬ ਰੱਖਾ।